ਡਾਕਟਰ ਪ੍ਰਦੀਪ ਕੌੜਾ ਦੀ ਕਹਾਣੀ ਦਰਦ ਸਰਦੀ ਦੀ ਸਵੇਰ 'ਚ ਕੋਸੀ-ਕੋਸੀ ਤੋਂ ਪਦ ਆਨੰਦ ਲੈਣ ਦੇ ਇਰਾਦੇ ਨਾਲ ਸ਼ਰਮਾ ਜੀ ਨੇ ਖੜੀਸ ਕੇ ਕੁਰਸੀ ਲੌਂਚ ਲੈ ਆਂਦੀ ਤੇ ਫਿਰ ਆਰਾਮ ਨਾਲ ਬੈਠ ਕੇ ਅਖਬਾਰ ਪੜ੍ਹਨ ਦੇ ਇਰਾਦੇ ਨਾਲ ਅਖਬਾਰ ਖੋਲ੍ਹਿਆ ਹੀ ਸੀ ਕਿ ਅੰਦਰ ਪਏ ਮੋਬਾਈਲ ਦੀ ਘੰਟੀ ਵੱਜ ਉੱਠੀ ਆਪ ਅੰਦਰ ਜਾਣ ਦੀ ਬਜਾਏ ਉਹਨਾਂ ਅੰਦਰ ਪੋਚਾ ਮਾਰਦੀ ਕੰਮ ਕਰਨ ਵਾਲੀ ਮਾਈ ਲక్ష్ਮੀ ਨੂੰ ਆਵਾਜ਼ ਦਿੱਤੀ ਲక్ష్ਮੀ ਆ ਮੋਬਾਈਲ ਫੜਾ ਕੇ ਜਾ ਜ਼ਰਾ ਲక్ష్ਮੀ ਅਕਸਰ ਸ਼ਰਮਾ ਜੀ ਦੇ ਘਰ ਕੰਮ ਕਰਨ ਆਉਂਦੀ ਆਪਣੇ 5-6 ਸਾਲ ਦੇ ਬੇਟੇ ਨੂੰ ਨਾਲ ਲੈ ਆਉਂਦੀ ਸੀ ਹੱਥ ਗਿੱਲੇ ਹੋਣ ਕਰਕੇ ਚੁੰਨੀ ਦੇ ਪੱਲੇ ਨਾਲ ਫੜ ਕੇ ਮੋਬਾਈਲ ਆਪਣੇ ਬੇਟੇ ਨੂੰ ਫੜਾ ਤਾ ਤੇ ਬਾਹਰ ਸ਼ਰਮਾ ਜੀ ਨੂੰ ਦੇ ਕੇ ਆਉਣ ਲਈ ਗਿਆ ਬੱਚਾ ਚਾਹੀ ਚਾਹੀ ਮਹਿੰਗਾ ਮੋਬਾਈਲ ਫੜੇ ਦੌੜੰਗੇ ਮਾਰਦਾ ਜਿਉਂ ਹੀ ਬਾਹਰ ਲਾਉਣ ਵੱਲ ਦੌੜਿਆ ਦੈ ਲੀਸਟ ਪੈਰ ਰਟਕਣ ਕਰਕੇ ਧੜਮ ਕਰਕੇ ਮੂਹਦੇ ਮੂੰਹ ਜਾ ਡਿੱਗ ਗਿਆ ਖੜਾਕ ਸੁਣ ਕੇ ਉਧਰ ਲక్ష్ਮੀ ਹੱਥ ਦਾ ਕੰਮ ਛੱਡ ਕੇ ਬਾਹਰ ਨੂੰ ਦੌੜੇ ਆਈ ਦੂਜੇ ਪਾਸੇ ਸ਼ਰਮਾ ਜੀ ਲక్ష్ਮੀ ਨੇ ਮਹਿੰਗੇ ਮੋਬਾਈਲ ਦੀ ਪਰਵਾਹ ਕੀਤੇ ਬਿਨਾ ਭੱਜ ਕੇ ਬੱਚੇ ਨੂੰ ਹਿੱਕ ਨਾਲ ਲਾ ਲਿਆ ਤੇ ਦੂਜੇ ਪਾਸੇ ਬੱਚੇ ਦੀ ਸੱਟ ਤੋਂ ਬੇਖਬਰ ਸ਼ਰਮਾ ਜੀ ਆਪਣੇ ਮੋਬਾਈਲ ਨੂੰ ਚੁੱਕ ਕੇ ਨਿਹਾਰਨ ਲੱਗੇ ਧੰਨਵਾਦ